ਅੱਜ ਸੰਗਰੂਰ ਦੀਆਂ ਸੜਕਾਂ ਤੇ ਕਿਸਾਨ ਮਜ਼ਦੂਰ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਕੇਂਦਰ ਸਰਕਾਰ ਤੇ NIA ਖਿਲਾਫ ਸੀ। ਦਰਅਸਲ ਉਕਤ ਜਥੇਬੰਦੀਆਂ ਜਾਂਚ ਏਜੰਸੀ NIA ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਛਾਪੇਮਾਰੀ ਤੋਂ ਨਿਰਾਸ਼ ਨੇ, ਜਿਸ ਦੇ ਚੱਲਦਿਆਂ ਉਹਨਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਆਪਣੇ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਕਿਸਾਨ, ਮਜ਼ਦੂਰ ਅਤੇ ਹੋਰਨਾਂ ਜਥੇਬੰਦੀਆਂ ਦੇ ਲੀਡਰਾਂ ਨੂੰ NIA ਦੇ ਸਹਾਰੇ ਡਰਾਉਣਾ ਚਾਹੁੰਦੀ ਹੈ, ਜੋ ਕਿ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਜਥੇਬੰਦੀਆਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੇ ਵੱਲੋਂ ਸੰਕੇਤਕ ਧਰਨਾ ਦਿੱਤਾ ਗਿਆ ਤੇ ਜੇਕਰ ਫਿਰ ਵੀ ਕੇਂਦਰ ਸਰਕਾਰ ਆਪਣੀ ਕਾਰਗੁਜ਼ਾਰੀ ਇਸੇ ਤਰੀਕੇ ਨਾਲ ਜਾਰੀ ਰੱਖਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਅੱਜ ਜੋ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਸੰਗਰੂਰ ਦੇ DC ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਸਾਰੇ ਪੰਜਾਬ ਭਰ 'ਚ ਪ੍ਰਦਰਸ਼ਨ ਹੋਏ ਨੇ, ਜੋ ਪਿਛਲੇ ਦਿਨੀ 31 ਅਗਸਤ ਨੂੰ NIA ਦੇ ਲਖਨਊ ਦਫ਼ਤਰ ਵੱਲੋਂ ਪੰਜਾਬ 'ਚ ਔਰ ਚੰਡੀਗੜ੍ਹ 'ਚ ਰੇਡ ਕੀਤੀ ਗਈ ਹੈ। ਇੱਕ ਵਕੀਲ ਨੂੰ ਗ੍ਰਿਫਤਾਰ ਕੀਤਾ ਗਿਆ, ਕਈ ਕਿਸਾਨ ਆਗੂਆਂ ਦੇ ਘਰਾਂ 'ਤੇ ਜਿਹੜੀ ਛਾਪੇਮਾਰੀ ਕੀਤੀ ਗਈ ਹੈ, ਕਈਆਂ ਨੂੰ ਸੰਮਨ ਕੀਤੇ ਗਏ ਹੈ। ਉਹ ਸਾਰੇ ਮਾਮਲੇ 'ਤੇ ਅੱਜ ਇਹ ਪ੍ਰਦਰਸ਼ਨ ਕੀਤਾ ਹੈ ਕਿ ਜੇ ਕੇਂਦਰ ਦਾ ਬਣਾਇਆ ਹੋਇਆ ਟੂਲ, ਉਹਦੀ NIA ਜਿਹੜੀ ਏਜੰਸੀ ਹੈ, ਇਹ ਏਜੰਸੀ ਦਾ ਇੱਕੋ ਹੀ ਕੰਮ ਰਹਿ ਗਿਆ ਕਿ ਲੋਕਾਂ ਦੇ ਸੰਘਰਸ਼ਾਂ ਨੂੰ ਔਰ ਉਹ ਸੰਘਰਸ਼ ਲੜਨ ਵਾਲੇ ਆਗੂਆਂ ਨੂੰ ਕਿਵੇਂ ਦਬਾਇਆ ਜਾਵੇ। ਸਿਰਫ ਇਹ ਕੰਮ ਕਰ ਰਹੀ ਹੈ ਔਰ ਭਗਵੰਤ ਮਾਨ ਸਰਕਾਰ, ਜਿਹਦਾ ਇਹ ਫਰਜ਼ ਹੈ ਕਿ ਪੰਜਾਬ ਦੇ ਜਮਹੂਰੀ ਹੱਕਾਂ ਦੀ ਰਾਖੀ ਕਰੇ, ਤਾਂ ਜਮਹੂਰੀ ਹੱਕਾਂ 'ਤੇ ਡਾਕਾ ਜਦੋਂ ਕੇਂਦਰ ਨੇ ਮਾਰਿਆ, ਫੈਡਰਲਿਜ਼ਮ ਢਾਂਚੇ ਨੂੰ ਉਲੰਘ ਕੇ ਸਾਡੇ ਲਾਅ ਐਂਡ ਆਰਡਰ ਦਾ ਜਿਹੜਾ ਮਾਮਲਾ, ਸੂਬੇ ਦਾ ਮਾਮਲਾ ਸੀ, ਉਹ 'ਚ ਦਖਲਅੰਦਾਜ਼ੀ ਕੀਤੀ ਹੈ, ਤਾਂ ਇਹ ਭਗਵੰਤ ਮਾਨ ਸਰਕਾਰ ਦੀ ਨਲਾਇਕੀ ਹੈ ਕਿ ਉਹ ਕੇਂਦਰ ਦੇ ਇਸ ਗੱਲ ਦੇ ਖਿਲਾਫ ਨਹੀਂ ਬੋਲੇ, ਉਲਟਾ ਉਹਨਾਂ ਦੀ ਹਮਾਇਤ ਕਰੀ। ਤਾਂ ਪੰਜਾਬ ਦੇ ਜਿਹੜੇ ਲੜਨ ਵਾਲੇ ਲੋਕ ਨੇ, ਉਹ ਜਮਹੂਰੀਅਤ ਦੀ ਰਾਖੀ ਲਈ ਅੱਜ ਸੜਕਾਂ ਦੇ ਉੱਤਰੇ ਨੇ, ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਅੱਜ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਹੈ DC ਸੰਗਰੂਰ ਰਾਹੀਂ। ਕਿਰਤੀ ਕਿਸਾਨ ਯੂਨੀਅਨ ਨੇ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਸਟੂਡੈਂਟ ਯੂਨੀਅਨ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਨੂੰ ਲੈ ਕੇ ਮੰਗ ਪੱਤਰ ਦੇਣ ਦਾ ਕਾਰਨ ਇਹ ਬਣਿਆ, ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਦਿੱਲੀ ਦੇ ਵਿੱਚ ਇੱਕ ਮੋਰਚਾ ਲੱਗਿਆ ਸੀ, ਉਹ ਮੋਰਚੇ ਦੀ ਜਿਹੜੇ ਮੋਰਚੇ ਰਾਹੀਂ ਅਸੀਂ 3 ਕਾਨੂੰਨਾਂ ਨੂੰ ਰੱਦ ਕਰਵਾਇਆ ਸੀ, ਉਹਦੀ ਅਗਵਾਈ ਪੰਜਾਬ ਨੇ ਕੀਤੀ ਸੀ। ਜਿਹੜੀ ਮੋਦੀ ਸਰਕਾਰ ਹੈ, ਉਹਨੇ ਉਹ ਕਾਨੂੰਨ ਤਾਂ ਰੱਦ ਕਰਤੇ, ਪਰ ਅੰਦਰ ਉਹਦੇ ਜਿਹੜੀ ਜ਼ਹਿਰ ਸੀ, ਜਿਹੜਾ ਗੁੱਸਾ ਸੀ, ਉਹ ਪੰਜਾਬੀਆਂ 'ਤੇ ਕੱਢਣਾ ਚਾਹੁੰਦਾ। ਉਹਨੇ NIA ਦੀਆਂ ਟੀਮਾਂ ਪੰਜਾਬ ਵਿੱਚ ਭੇਜ ਕੇ, ਜਿਹੜੀਆਂ UP ਦੀਆਂ ਉਹ ਟੀਮਾਂ ਨੇ ਪੰਜਾਬ ਵਿੱਚ ਭੇਜ ਕੇ ਸਾਡੇ ਬੁੱਧੀਜੀਵੀਆਂ 'ਤੇ, ਅਧਿਆਪਕਾਂ 'ਤੇ, ਵਕੀਲਾਂ 'ਤੇ, ਲੇਖਕਾਂ 'ਤੇ, ਕਿਸਾਨ ਆਗੂਆਂ 'ਤੇ, ਜਿਹੜੇ ਜਮਹੂਰੀਅਤ ਦੀ ਰਾਖੀ ਕਰਦੇ ਨੇ, ਜਿਹੜੇ ਜਮਹੂਰੀਅਤ ਨੂੰ ਬਚਾਉਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਸਬਕ ਸਿਖਾਉਣ ਖਾਤਰ ਇਹ ਛਾਪੇ ਮਾਰ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ। ਪੰਜਾਬੀ ਅਣਖੀਲੇ ਨੇ, ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਰਾਖੀ ਕਰੀ ਹੈ, ਉਹ ਕਰਦੇ ਰਹਿਣਗੇ। ਪੰਜਾਬੀਆਂ ਨੇ ਇਹ ਗੱਲ ਨੂੰ ਸਹਿਣ ਨਹੀਂ ਕੀਤਾ। ਅੱਜ ਅਸੀਂ ਮੰਗ ਪੱਤਰ ਦੇ ਕੇ ਚੱਲੇ ਹਾਂ, ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ, ਇਹ ਛਾਪੇਮਾਰੀ ਬੰਦ ਕੀਤੀ ਜਾਵੇ। ਜੇ ਛਾਪੇਮਾਰੀ ਬੰਦ ਨਾ ਕੀਤੀ ਤਾਂ ਇਹਦਾ ਭਿਆਨਕ ਰੂਪ ਹੋ ਜੂਗਾ। ਇਸ ਕਰਕੇ ਸਰਕਾਰ ਨੂੰ ਸੋਚ ਕੇ
ਸਮਝ ਕੇ ਉਹ ਛਾਪੇ ਮਾਰੀ ਬੰਦ ਕਰਨੀ ਚਾਹੀਦੀ ਹੈ। ਅੱਜ ਪੰਜਾਬ 'ਚ ਕਿੰਨੇ ਜ਼ਿਲ੍ਹਿਆਂ 'ਚ ਪ੍ਰੋਟੈਸਟ ਹੋਇਆ? ਅੱਜ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਇਹ ਪ੍ਰਦਰਸ਼ਨ ਹੋਇਆ, ਮੰਗ ਪੱਤਰ ਦਿੱਤੇ ਗਏ ਨੇ।